ਓ ਲੈ ਕਹਿਲੇ ਮਜਾ ਜਰ ਓ ਕੁੜੀਏ ਓ ਕੁੜੀਏ ਦੇਖ ਤਾਂ ਤੋ ਤੇਰਾ ਐ ਓ ਰੱਬ ਝੂਠ ਨਾ ਬੁਲਾਵੇ ਤੂੰ ਕਿਤੇ ਨਾਈਆਂ ਦੀ ਪ੍ਰੀਤੋ ਤਾਂ ਨਹੀਂ ਵੀ ਮੈਂ ਤਾਂ ਉਹੀ ਆ ਨਾਈਆਂ ਦੀ ਪ੍ਰੀਤੋ ਤੂੰ ਕੌਣ ਹੈ ਸਿੱਧੇ ਵਿੱਚ ਆ ਕੇ ਸਾਈਕਲ ਮਾਰਿਆ ਤਾਂ ਮੈਨੂੰ ਪਛਾਣਿਆ ਨੀ ਮੈਂ ਨਾਈਆਂ ਦਾ ਜੀਤ ਆ ਬੂ ਵੇ ਤੂੰ ਨਾਈਆਂ ਦਾ ਜੀਤ ਇੰਨਾ ਬੁੜਾ ਹੋ ਗਿਆ ਮੈਨੂੰ ਵੇਖ ਓਹੋ ਜਿਹੀ ਦੀ ਓਹੋ ਜਿਹੀ ਪਈਆਂ ਆਏ ਹਾਏ ਤੂੰ ਤਾਂ ਓਹੋ ਜਿਹੀ ਦੀ ਓਹੋ ਜਿਹੀ ਪਈਆਂ ਅੱਜ ਸ਼ਾਮ ਦਾ ਕੀ ਪ੍ਰੋਗਰਾਮ ਹੈ ਫਿਰ ਆਵਾਂ ਕਰ ਬੋਲੂ ਤਾਂ ਡੈਡੀ ਘਰ ਹੀ ਹੈ ਆ ਜੀ ਦੇਖ ਲਈ ਫੇਰ ਰਹਿਣ ਦੇ ਅੱਜ ਤਾਂ ਮੈਨੂੰ ਕੰਮ ਹੈ ਨਾਲੇ ਮੈਂ ਤਾਂ ਬਾਬੇ ਭੜਕੀਲੇ ਤੋਂ ਭਮੂਤੀ ਦੀਆਂ ਪੁੜੀਆਂ ਲੈ ਕੇ ਆਉਣੀਆਂ ਬੂ ਵੇ ਉਹ ਪੁੜੀਆਂ ਨਾ ਤੂੰ ਖਾਈ ਉਹ ਤਾਂ ਬਹੁਤ ਜ਼ਹਿਰੀਲੀਆਂ ਨੇਗੀਆਂ ਤੇਰੇ ਵਰਗੇ ਦਹਾਜੂ ਕੋਲ ਖੜੀ ਨੂੰ ਕਿਸੇ ਨੇ ਵੇਖ ਲਿਆ ਤਾਂ ਲੋਕ ਗੱਲਾਂ ਕਰਨਗੇ ਹਾਂ ਅੱਛਾ ਐਡੀ ਗੱਲ ਵੀ ਨੀ ਹੈਗੀ ਮੇਰੇ ਨਾ ਮਾਰ ਪ੍ਰੀਤੋ ਜਿੱਦਾਂ ਲਾਇਆ ਨਾ ਪੱਕਾ ਪੰਚਰੇ ਲਾਊਂਗਾ ਸਾਰੇ ਪਿੰਡ ਤੋਂ ਜੇ ਸੋਹਣੀ ਜਨਾਨੀ ਨਾ ਲਿਆ ਕੇ ਖੜਾਤੀ ਨਾ ਬਾਰਾਂ ਚ ਤਾਂ ਮੈਨੂੰ ਵੀ ਜੀਤ ਪੰਚਰ ਵਾਲਾ ਨਾ ਆਖਿਓ ਚਾਹੇ ਮੈਨੂੰ ਬੰਗਾਲ ਦੀ ਖਾੜੀ ਚੁੱਕਿਆ ਨਾ ਲੱਭ ਕੇ ਲਿਆਉਣੀ ਪਵੇ ਕਰਦੇ ਕੀ ਨੇ ਮੈਂ ਦਹਾਜੂ ਨੀ ਕਹਾਉਣਾ ਹੈਗਾ ਇੱਕ ਤਾਂ ਨਸਕਾਨ ਕਰਤਾ ਉੱਤੋਂ ਬੋਲਦੀ ਆ ਅੱਜ ਮੇਰੇ ਯਾਰ ਇੱਕ ਸ਼ਾਦੀ ਹੈ ਓਏ ਅੱਜ ਮੇਰੇ ਯਾਰ ਇੱਕ ਸ਼ਾਦੀ ਹੈ ਪਾ 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 ਓਏ ਜੀਤ ਓਏ ਜੀਤ ਓਏ ਜੀਤ ਯਾਰ ਤਾਂ ਤੇਰਾ ਮਾਇਆ ਵਿਆਹ ਤੇਰਾ ਓ ਅੱਛਾ ਮੈਂ ਤਾਂ ਭੁੱਲੇ ਗਿਆ ਸੀਗਾ ਓਏ ਹੱਸਦਾ ਫਿਰੇ ਓ ਨਾਲੇ ਜੱਚਦਾ ਫਿਰੇ ਓ ਜੀਤ ਆਪਣੇ ਆਪਣੇ ਵਿਆਹ ਦੇ ਵਿੱਚ ਨੱਚਦਾ ਫਿਰੇ ਓ ਜੀਤ ਆਪਣੇ ਓਏ ਆਜਾ ਓ ਮੁੰਡਿਓ ਓ ਮੁੰਡਿਓ ਓ ਜੇ ਪਾਣੀ ਬਾਰ ਕੇ ਨਹੀਂ ਪੀਣਾ ਤੋਏ ਲੈ ਚੋਦ ਆ ਦੇਖੋ ਤੁਹਾਡੀ ਤਾਈ ਲੈ ਕੇ ਆਇਆ ਘੈਂਟ ਭੈਣੇ ਓ ਨੱਚ ਨਵੀਂ ਏ ਪਰ ਜਾਈਏ ਕਿਤੇ ਨੀ ਤੇਰੀ ਮੰਜੀ ਲੱਤਾਂ ਦੀ ਓ ਨੱਚ ਨਵੀਂ ਏ ਪਰ ਜਾਈਏ ਬਥੇਰੀ ਹੋ ਗਈ ਡਾਊਂ ਡਾਊਂ ਇੱਕ ਤਾਂ ਹੈ ਆਰਕੈਸਟਰੀਆਂ ਦਾ ਪਤਾ ਨੀ ਲੱਗਦਾ ਮਾੜਾ ਜਿਹਾ ਢੋਲ ਨੀ ਵੱਜਣ ਦਿੰਦੇ ਉੱਥੇ ਸ਼ੁਰੂ ਹੋ ਜਾਂਦੀਆਂ ਮੇਰੀ ਗੱਲ ਸੁਣ ਲੈ ਇੱਥੇ ਨਾ ਪ੍ਰੋਗਰਾਮ ਸ਼ੁਰੂ ਕਰਦੀ ਚੱਲ ਆ ਜਾ ਅੰਦਰ ਚੱਲਦੇ ਆ ਓ ਜੀਤ ਹੈ ਬਜਾਵਾਂ ਢੋਲ ਫਿਰ ਓ ਮਖਾ ਤੂੰ ਤਾਂ ਚਾਹੇ ਸਾਰੀ ਰਾਤ ਬਜਾਈ ਚੱਲ ਓ ਇੱਕ ਮਿੰਟ ਪਹਿਲਾਂ ਮੈਨੂੰ ਐਂ ਦੱਸ ਤੈਨੂੰ ਆਹੀ ਢੋਲ ਦੀ ਤਰਜ ਆਉਂਦੀ ਆ ਕੋਈ ਜੱਜ ਦੀ ਤਰਜ ਨਹੀਂ ਆਉਂਦੀ ਮੈਂ ਚੱਕ ਆਪ ਹੀ ਬਜਾ ਲੈ ਓਏ ਤੂੰ ਤਾਂ ਗੁੱਸਾ ਕਰ ਗਿਆ ਮੇਰਾ ਤਾਂ ਅੱਜ ਵਿਆਹ ਆ ਬਲਿੰਦਰ ਆ ਚੱਕ 100 ਰੁਪਇਆ ਬਜਾ ਦੇ ਵਧੀਆ ਵਧੀਆ ਜਿਹੀਆਂ ਟਿਊਨਾਂ ਓ ਮੁੰਡਿਓ ਆ ਜਾਓ ਭੱਜ ਕੇ ਤੁਹਾਡੀ ਤਾਈ ਦਿਖਾਵਾਂ ਉਹ ਬੰਗਾਲ ਦੀ ਖਾੜੀ ਚੋਂ ਤਾਂ ਥਿਆਈ ਨਹੀਂ ਫਿਰ ਮੈਂ ਆਰਕੈਸਟਰੀਆ ਲਿਆਇਆ ਦੇਖੋ ਕਿੰਨੀ ਘੈਂਟਾ ਮੁੰਡਿਓ ਉਹ ਤਾਇਆ ਕਿੱਥੋਂ ਲਿਆਏ ਨਵੀਂ ਤਾਈ ਓਏ ਹੋਏ ਸੋਹਣੀਆ ਨਾ ਤਾਇਆ ਬਹੁਤ ਸੋਹਣੀਆ ਆ ਸਾਰੇ ਮੈਨੂੰ ਦਹਾਜੂ ਕਹਿੰਦੇ ਤੇ ਮੈਂ ਤਾਂ ਆਰਕੈਸਟਰਾ ਲਈ ਲੈ ਕੇ ਆਇਆ ਤੇਲ ਚੋਕਰਾ ਹਾਂ ਇਹ ਆਪਣੇ ਭਤੀਜੇ ਨੇ ਸ਼ਾਬਾਸ਼ ਸ਼ਾਬਾਸ਼ ਖੁਸ਼ ਹੋ ਮੁੰਡਿਓ ਘੈਂਟਾ ਨਾ ਤਾਈ ਤੇਰੀ ਬਜਾਓ ਮੁੰਡਾ ਢੋਲਾ ਜੀ ਤਾਂ ਜਿੰਨਾ ਮਰਜ਼ੀ ਮੇਰਾ ਸਾਰਾ ਨਿਕਲ ਜਾਏਗਾ ਕਰਦਾ ਕੀ ਆ ਭੱਜ ਇੱਥੋਂ ਓ ਮੁੰਡਿਓ
ਚਲੋ ਆਪਦਾ ਆਪਦਾ ਕੰਮ ਕਰੋ ਹੈ। ਸ਼ਾਬਾਸ਼ ਸ਼ਾਬਾਸ਼। ਜੀ ਸਿਆ, ਪਹਿਲੀ ਘਰ ਵਾਲੀ ਤਾਂ ਤੇਰੀ ਜ਼ਹਿਰ ਖਾ ਕੇ ਮਰੀ ਸੀ, ਇਹ ਫਾਹਾ ਲੈ ਕੇ ਕਿਉਂ ਮਰ ਗਈ ਬਾਈ? ਉਹ ਇਹ ਜ਼ਹਿਰ ਨਹੀਂ ਖਾਂਦੀ ਤੀ ਫਿਰ ਮੈਂ ਫਾਹਾ ਦੇਤਾ। ਹਾਏ ਨਹੀਂ ਸਿੰਦਰੇ, ਓਏ ਤੈਂ ਮਾਰੀ ਆ ਓਏ ਓਏ ਸਾਲਾ, ਮਾਰਨੀ ਕਾਹਨੂੰ ਦੀ, ਕਿਸੇ ਗਰੀਬ ਦੇ ਕੰਮ ਆ ਜਾਂਦੀ। ਹਾਏ ਨਹੀਂ ਸਿੰਦਰੇ। ਪਾਜੀ, ਹਜੇ ਤੱਕ ਪਰਜਾਈ ਦੀ ਡੈਡ ਬੋਡੀ ਆਈ ਨਹੀਂ। ਹਾਏ ਡੈਡ ਬੋਡੀ, ਹਾਏ ਉਹ ਆ ਗਈ ਡੈਡ ਬੋਡੀ ਉਹਦੀ। ਨੀ ਕਿੰਨੀ ਲੰਬੀ ਉਮਰ ਹੈ ਤੇਰੀ ਸਿੰਦਰੇ, ਨੀ ਜਾਂਦੀ ਰਹਿ ਨੀ ਸਿੰਦਰੇ। ਓਏ ਡੈਡ ਬੋਡੀ ਚੱਕ ਲਿਓ ਕੋਈ, ਮਤਲਬ ਕੋਕਾ ਕੋਲਾ ਤਪ ਲਿਆ। ਹਾਏ ਨੀ ਸਿੰਦਰੇ। ਕੁੱਤਿਆਂ ਦੇ ਆ, ਜੇ ਬਾਲਾ ਬੋਲਿਆ ਨਾ ਕਿਸੇ ਨੂੰ, ਕਹਿ ਕੇ ਮੈਂ ਤੇਰੇ ਉੱਤੋਂ ਦੀ ਬਲਡੋਜ਼ਰ ਨਗਾ ਦੂੰਗੀ। ਜਿਹੜਾ ਕੰਮ ਮੈਂ ਕਿਹਾ ਨਾ ਉਹ ਮੈਂ ਕਰਕੇ ਦਿਖਾਉਂ, ਠੀਕ ਹੈ? ਤੂੰ ਲਾ ਲਾ ਜ਼ੋਰ ਤੇ ਬਜਾ ਲਾ ਆਪਦਾ ਢੋਲ। ਜਾ ਬਣਵਾ ਲਾ, ਜੇ ਬਾਪ ਦੀਆਂ ਤਾਂ ਬਣਵਾ ਕੇ ਮੁੜੀ। ਅੱਛਾ ਨਾ ਭੂਆ, ਕੀ ਹੋ ਗਿਆ, ਕਿਉਂ ਕਲੇਸ਼ ਪਾਇਆ ਫੁੱਫੜ ਦੇ ਨਾਲ, ਕੀ ਬਣਾਉਣਾ ਚਾਹੁੰਦੀ ਹੈ ਤੂੰ? ਮੈਂ ਉਹ ਕੀ ਕਹਿੰਦੇ ਨੇ ਉਹਨੂੰ, ਉਹ ਭੂਆ ਪਤਾ ਤਾਂ ਲੱਗੇ ਬਣਾਉਣਾ ਕੀ ਆ। ਉਹ ਕੀ, ਓ ਰੱਬਾ ਆਪਣਾ ਹੋ ਖੇਸ ਬੁੱਕਲ। ਉਹ ਖੇਸ ਬੁੱਕਲ ਨੀ ਹੁੰਦੀ, ਖੇਸ ਬੁੱਕਲ ਫੇਸਬੁੱਕ ਹੁੰਦੀ ਪੂਆ, ਫੇਸਬੁੱਕ। ਓਹੀ ਓਹੀ ਓਹੀ, ਆ ਕੰਜਰ ਮੱਦੀ ਦਾ ਪਾਪਾ ਮੈਨੂੰ ਬਣਾਉਣ ਨੀ ਦਿੰਦਾ। ਓ ਪੂਆ ਫੇਸਬੁੱਕ ਤੇ ਆਈਡੀ ਬਣਾਉਣ ਨੂੰ ਫਿਰਦੀ ਹੈ, ਤੈਨੂੰ ਚਲਾਉਣੀ ਵੀ ਆਉਂਦੀ ਤੈਨੂੰ ਫੇਸਬੁੱਕ? ਆਏ ਹਾਏ ਬੇ ਕਾਮਲਿਆ ਟੋਲਿਆ, ਤੇਰਾ ਫੁੱਫੜ ਵੀ ਚਲਾ ਲਿਆ ਕਰੂ, ਮੈਂ ਪਿੱਛੇ ਬਹਿ ਗਿਆ ਕਰੂ। ਉਹ ਕਿੱਥੇ ਫਸ ਗਏ ਯਾਰ, ਇਹਨਾਂ ਨੇ ਦਿਮਾਗ ਖਾ ਜਾਣਾ। ਤੂੰ ਚੱਲ ਇੱਥੋਂ ਨਿਕਲ, ਆਪਾਂ ਨੇ ਕੰਮ ਤੇ ਲੇਟ ਹੋ ਜਾਣਾ, ਚੱਲ ਨਿਕਲ। ਲੈ ਉਹ ਪਿਆ ਕੇ ਧਰਤੇ ਮੇਰੇ ਪਿਆਉ ਦਿਆ ਸਾਲਿਆ। ਲੈ ਮਸਾਂ ਆਏ ਤੇ ਆਪਣੀ ਉਹ ਬਣਾਉਣ, ਉਹਨੂੰ ਕੀ ਕਹਿੰਦੇ ਨੇ, ਆਈਡੀ? ਹਾਂ ਹੈ ਆਡੀ ਉਡੀ, ਨਾ ਤੈਨੂੰ ਸ਼ਰਮ ਨਹੀਂ ਆ ਤੈਨੂੰ? ਹਾਏ ਮਾਰ, ਹਾਏ ਹਾਏ ਮਾਰ, ਭੂਖ ਆਪਣੀ ਚੱਕ ਲਈ ਖਾਮੀ ਧਰਤੀ। ਹਾਏ ਹਾਏ ਮਾਰ। ਥਾਣੇਦਾਰਾ ਲਿਖ ਲੈ ਰਿਪੋਰਟਾਂ, ਇਹਨੂੰ ਫੜ ਕੇ ਠੋਕ ਦੇ ਅੰਦਰ। ਉਹ ਕਿਹਨੂੰ ਠੋਕ ਦੇ ਅੰਦਰ? ਤੁਹਾਡੇ ਫੁੱਫੜ ਨੂੰ, ਇਹ ਮੈਨੂੰ ਫੇਸਬੁੱਕ ਨਹੀਂ ਬਣਾਉਣ ਦਿੰਦਾ। ਉਹ ਭੂਆ ਫੇਸਬੁੱਕ ਨਹੀਂ ਹੁੰਦੀ, ਫੇਸਬੁੱਕ ਹੁੰਦੀ ਆ। ਉਹੀ ਤਾਂ ਫਿਰ ਮੈਂ ਕਹਿੰਦੀ ਹਾਂ, ਇਸ ਉਮਰ ਫੇਸਬੁੱਕ ਤੇ ਕਿਹੜਾ ਸਟੇਟਸ ਪਾਉਣਾ ਚਾਹੁੰਦੀ ਹੈ? ਸਟੇਜ ਤੋਂ ਵੇ ਚਾਹੇ ਸਟੂਟ, ਸਾਡਾ ਨੀ ਕਸੂਰ, ਸਾਡਾ ਜ਼ਿਲ੍ਹਾ ਸੰਗਰੂਰ। ਉਹ ਭੂਆ ਬਿਲਕੁਲ ਵੀ ਨਾ ਘਬਰਾ, ਮੇਰਾ ਵੀ ਜ਼ਿਲ੍ਹਾ ਸੰਗਰੂਰ ਆ। ਫਿਰ ਤੂੰ ਤਾਂ ਮੇਰਾ ਲੱਗਿਆ ਭਤੀਜਾ, ਫੜ ਕੇ ਠੋਕ ਦੇ ਚੌਲੇ ਨੂੰ ਅੰਦਰ। ਜਨਾਬ ਰੁਕ ਜਾਓ ਰੁਕ ਜਾਓ ਰੁਕ ਜਾਓ, ਚਾਹੇ ਅੰਦਰ ਠੋਕੋ ਚਾਹੇ ਬਾਹਰ ਠੋਕੋ, ਮੈਂ ਇਹਨੂੰ ਫੇਸਬੁੱਕ ਨਹੀਂ ਚਲਾਉਣ ਦੇਣੀ। ਇਹ ਤਾਂ ਸਾਲੀ ਨਿਕਲ ਜੂ ਕਿਸੇ ਨਾ ਫੇਸਬੁੱਕ ਤੇ। ਜੀ ਜਨਾਬ, ਮੇਰੀ ਗੱਲ ਸੁਣ, ਆਪਾਂ ਘਰੇ ਚੱਲ ਕੇ ਰਾਜੀ ਬੰਦਾ ਕਰ ਲਾਂਗੇ, ਰਾਜੀ ਮੈਂ ਤੇ ਬੰਦਾ ਤੂੰ। ਇਹ ਨਾ ਪੁਲਿਸ ਵਾਲੇ ਜਾਣੀ ਕਿ ਇੱਕ ਪਾਸੇ ਹੀ ਕੁੱਟਦੇ ਹੁੰਦੇ ਨੇ, ਚੁੱਪ ਕਰਕੇ ਨਿਕਲ ਲਾਂ। ਇਹ ਹੁਣ ਆਪਾਂ ਨੂੰ ਦੋਵਾਂ ਨੂੰ ਕੁੱਟਣਗੇ ਲੰਮੇ ਪਾ ਕੇ। ਜੈ ਦੇਵੀ ਦੀ, ਜੈ ਦੇਵੀ ਦੀ। ਉਹ ਤੂੰ ਕੀ ਕਰੀ ਜਾਨਾ, ਤੈਨੂੰ ਕਿਆ ਝਾੜੂ ਮਾਰ। ਓਹ ਇੱਥੇ ਨਿਕਿਆ, ਅੰਦਰ ਮਾਰ।
ਲੈ ਐ ਕਿਵੇਂ ਪੰਗਾ ਪੈਚੂ ਕਰਲੀ ਕਰਨੀ ਮੇਚੀ ਨੂੰ ਕਿਸੇ ਦਾ ਡਰਨੀ ਤੂੰ ਕਿਹੜਾ ਮੇਚੀ ਨਾਲ ਲਾ ਕੇ ਤਾਂ ਦੇਖ ਦੁੱਧ ਨਾਲ ਰੋਜ਼ ਕੋਪੇ ਕਵਾਇਆ ਕਰੂ ਹਾਂ ਵੇ ਲਾ ਲਾ ਛੱਡ ਮੇਰੀ ਵਾਂ ਮੈਂ ਏਦਾਂ ਦੀ ਨਹੀਂ ਹੈਗੀ ਲੈ ਕਮਲੀਆ ਮੈਂ ਕਿਹੜਾ ਏਦਾਂ ਦਾ ਤੂੰ ਕਿਹੜਾ ਲਾ ਕੇ ਤਾਂ ਦੇਖ ਕੋਪੇ ਕਵਾ ਕੋ ਦੁੱਧ ਵਰਗੀ ਚਿੱਟੀ ਕਰ ਦੂੰ ਉਹ ਤਾਂ ਠੀਕ ਆ ਜੇ ਠੋਲੂ ਦੇ ਡੈਡੀ ਨੂੰ ਪਤਾ ਲੱਗ ਗਿਆ ਤੈਨੂੰ ਤਾਂ ਪਤਾ ਹੀ ਹੈ ਉਹਦਾ ਕਿੱਡਾ ਕੱਬਾ ਸੁਭਾਅ ਹੈ ਹੈਗਾ ਤਾਂ ਕੱਬੇ ਸੁਭਾਅ ਲਾ ਉਹੀ ਨਾ ਮੇਰੀ ਹੱਟ ਚ ਆ ਕੇ ਮੇਰੀਆਂ ਕਿੱਲਾਂ ਕਢਾ ਦੇ ਹਾਂ ਪੱਗ ਜਾ ਫਿਰ ਪੇਰਾ ਜੀ ਕਦੇ ਐਡੀ ਕਿਹੜੀ ਗੱਲ ਹੈ ਹਾਂ ਵੇ ਲਾ ਲਾ ਤੂੰ ਤਾਂ ਉਹੀ ਮੋਕ ਮਾਰ ਗਿਆ ਹੱਥਨੇ ਆਉਂਗੀ ਦੁੱਧ ਨਾਲ ਖੋਪਾ ਤਿਆਰ ਲੈ ਪ੍ਰੀਤੋ ਤੇਰੀ ਜਾਨੂ ਖੋਪਿਆਂ ਦਾ ਘੱਟ ਹੈ ਦੇ ਕਿਵੇਂ ਚਿੱਤ ਜਾਨੂ ਕਲੇਚ ਨਾ ਕੜਾ ਕਰਦੀ ਹਾਂ ਵੇ ਡਰ ਨਾ ਉਹਨੇ ਅੱਜ ਠੋਲੂ ਦੇ ਨਾਨਕੇ ਜਾਣਾ ਹੈ ਲੁੱਚੀ ਪਾ ਲਈ ਹੈ ਤੂੰ ਵੀ ਮੂੰਹ ਤੇ ਕੱਢ ਦੇਣਾ ਸੀ ਮੇਚੀ ਤਾਂ ਡਰਾ ਡਰਾ ਕੇ ਹਾਂ ਚੰਗਾ ਲਾਲਾ ਜਾਣ ਦੇ ਹੁਣ ਆਥਣੇ ਆਉਂਗੀ ਪ੍ਰੀਤ ਕਿੱਲਾਂ ਦੀ ਮੁੱਠ ਤਾਂ ਲੈ ਜਾ ਨਾਲੇ ਦੇਖੀ ਆ ਜੀ ਅਤਨੇ ਕਾਲ ਨਾ ਕਰੀ ਹਾਂ ਤੂੰ ਕੀ ਕਰਦਾ ਤੈਨੂੰ ਕਿੰਨੀ ਵਾਰੀ ਕਹਿ ਲੜਕਾ ਮਾਰਦੇ ਚਾਰ ਵੱਜ ਕੇ ਛੋਟੂ ਮੈਨੂੰ ਜਰਾ ਜ਼ਰੂਰੀ ਕੰਮ ਹੈ ਮੈਂ ਜਾਵਾਂ ਹੈ ਨਾ ਤੂੰ ਹੱਟ ਜਾ ਕਹਿ ਰੱਖੀ ਕੋਈ ਨਾ ਕੰਜਰ ਦਾ ਚੋਤਾ ਪਾ ਕੇ ਦੇ ਦੀ ਕਿਚ ਨੂੰ ਹਾਂ ਧਿਆਨ ਨਾਲ ਬੈਠੀ ਉਰੇ ਮੈਂ ਜਾ ਕੇ ਉਹਨਾਂ ਕੋਈ ਗਾਹਕ ਆਇਆ ਚੌਦਾਂ ਪੱਤਾ ਧਿਆਨ ਨਾਲ ਦਈ ਹਾਂ ਪ੍ਰੀਤੋ ਦਾ ਘਰ ਪਤਾ ਨਹੀਂ ਉਹਨੂੰ ਕਿੱਥੇ ਹੋਊਗਾ ਪ੍ਰੀਤੋ ਇਹ ਨਹੀਂ ਹੈਗਾ ਮੈਨੂੰ ਲੱਗਦਾ ਆਹੀ ਹੈ ਮੇਰੀ ਪ੍ਰੀਤੋ ਦਾ ਘਰ ਹੈ ਪ੍ਰੀਤੋ ਆਪ ਹੀ ਕੋਲ ਲੈਣਾ ਟਾਈਮ ਤਾਂ ਦਿੱਤਾ ਹੀ ਹੋਇਆ ਇੱਕ ਤਾਂ ਕੰਜਰ ਦੀ ਬੁਲਾਉਂਦੀ ਹੈ ਉੱਪਰ ਚੇਡਾ ਕਰਦੀ ਹੈ ਪ੍ਰੀਤੋ ਪ੍ਰੀਤੋ ਜੇ ਪਤਾ ਹੁੰਦਾ ਪ੍ਰੀਤੋ ਵਾਲਾ ਜਿੰਨ ਕਰੀ ਹੈ ਮੈਂ ਚਿਕਾ ਨੂੰ ਉਹਨਾਂ ਤੇ ਨਿਕਲ ਓਏ ਪੈਸੇ ਕਿਤੇ ਭੱਜੇ ਜਾਂਦੇ ਦੇ ਲਿਆ ਹੈ ਧਿਆ ਲੱਗੀ ਤੀ ਮੈਂ ਸੋਚਿਆ ਚੱਲ ਪਾਣੀ ਤਾਂ ਨਹੀਂ ਪੀ ਲੈਂਦੇ ਹਾਂ ਆਪਣੇ ਤਾਂ ਘਰ ਹੈਗਾ ਨਾਲੇ ਜੇ ਚੌਦੇ ਪੱਤੇ ਦੀ ਲੋੜ ਹੋਈ ਆ ਭੇਜਦੀ ਹੱਟ ਤੇ ਭਰਜਾਈ ਨੂੰ ਹੱਟ ਤੇ ਪ੍ਰੀਤੋ ਨੀ ਆਉਂਦੀ ਜੇ ਕੋਈ ਕੰਮ ਹੋਇਆ ਮੈਂ ਆਪ ਆਉਂ ਜਦੋਂ ਹੱਟ ਤੇ ਪ੍ਰੀਤੋ ਜਾਂਦੀ ਆ ਮੇਰਾ ਸਾਲਾ ਜਣਾ ਖਣਾ ਗੰਦੀਆਂ ਨਜ਼ਰ ਨਾਲ ਦੇਖਦਾ ਤੂੰ ਤਾਂ ਗੁੱਚੇ ਕਰਕੇ ਦੇ ਲਿਆ ਹੱਸ ਪਾਉਂਦਾ ਤੀ ਮੈਂ ਤਾਂ ਤੂੰ ਆ ਜੀ ਤੇਰੀ ਆਪਣੀ ਤਾਂ ਹੱਟ ਵੈਸੇ ਜੇ ਭਰਜਾਈ ਨੂੰ ਭੇਜ ਦਿੰਦਾ ਗੱਲ ਹੋਰ ਹੁੰਦੀ ਹੈ ਭਰਜਾਈ ਦਾ ਮੋਹ ਹੁੰਦਾ ਤੈਨੂੰ ਲਾਹਾਂ ਨਾਲੇ ਜਿਹੜਾ ਬੰਦਾ ਪ੍ਰੀਤੋ ਬਾਰੇ ਬੋਲਦਾ ਉਹ ਬੰਦਾ ਮੈਨੂੰ ਜ਼ਹਿਰ ਵਰਗਾ ਲੱਗਦਾ ਤੂੰ ਤਾਂ ਗੁੱਚੇ ਕਰ ਗਿਆ ਮੇਰੇ ਤੇ ਬਹੁਤ ਲੱਗੀ ਤੀ ਮੈਂ ਸੋਚਿਆ ਭਰਜਾਈ ਦੇ ਹੱਥ ਦੀ ਮਿੱਟੀ ਮਿੱਟੀ ਲੱਚ ਪੀ ਜਾ ਪਿਆਵਾਂ ਜ਼ਿਆਦਾ ਜ਼ੋਰ ਪਾ ਕੇ ਲੱਸੀ ਤੈਨੂੰ ਅਈ ਨਿਕਲ ਮੈਂ ਚੀ ਓਏ ਦਾ ਕਮਲੇ ਦਾ ਕੀ ਹੈ ਮਾਰ ਕੇ ਕਿਰਪਾਨ ਗਾਟਾ ਲਾ ਦੂ ਓਏ ਜਾਨਾ ਬਈ ਓਏ ਓਏ ਤੂੰ ਕੀ ਦੇਖਦੀ ਆ ਚੱਲ ਅੰਦਰ ਇੰਨੀਆਂ ਗੱਡੀਆਂ ਤੇ ਸਫ਼ਰ ਕਰਿਆ ਨਾ ਸਵਾਦ ਆ ਜਾਂਦਾ ਸੀਗਾ ਪਰ ਜਿਹੜਾ ਆਹ ਗੱਡੀ ਤੇ ਸਫ਼ਰ ਕਰਿਆ ਨਾ ਨਜ਼ਾਰਾ ਹੀ ਆ ਗਿਆ ਜੇ ਕਿਤੇ ਹੋਰ ਭੱਜ ਲੈਂਦੀ ਨਾ ਹਾਏ ਹਾਏ ਸਵਾਦ ਹੀ ਆ ਜਾਣਾ ਵੀ ਉਹ ਉਸਤਾਦਾ ਇਹਦਾ ਤਾਂ ਤੇਲ ਮੁੱਕ ਗਿਆ ਇਹ ਨਹੀਂ ਚੱਲਦੀ ਹੁਣ ਅੱਗੇ ਆ ਜਿੰਨੇ ਵਾਰੀ ਕੁੱਟ ਪਈ ਹੈ ਨਾ ਤੇਰੀ ਵਜ੍ਹਾ ਕਰਕੇ ਪਈ ਆ ਤੈਨੂੰ ਕਿੰਨੇ ਵਾਰੀ ਆਖਿਆ ਟੈਂਕੀ ਫੁੱਲ ਕਰਾ ਕੇ ਰੱਖਿਆ ਰਹੇ ਕਰਦਾ ਕੀ ਆ
ਆਓ ਆ ਗਏ ਤੇਰੇ ਮਾਸੜ, ਹੁਣ ਪਊਗਾ ਪੰਗਾ। ਹੈਲੋ ਇੱਕ ਮਿੰਟ, ਹੈਲੋ ਹੈਲੋ ਅੰਕਲ ਜੀ ਗੱਲ ਸੁਣ ਲਓ, ਇੱਕ ਮਿੰਟ ਗੱਲ ਤਾਂ ਸੁਣ ਲਓ। ਤੁਸੀਂ ਇੱਧਰ ਆਵੋ ਅੰਕਲ ਜੀ, ਤੁਸੀਂ ਇੱਧਰ ਆਓ, ਸਾਡੇ ਉੱਤੇ ਹੱਥ ਨਾ ਚੱਕਿਓ। ਤੁਸੀਂ ਮੈਨੂੰ ਨਹੀਂ ਜਾਣਦੇ ਮੈਂ ਕੌਣ ਆ? ਕੌਣ ਆ ਤੂੰ? ਉਹ ਤੁਸੀਂ ਨਹੀਂ ਜਾਣਦੇ ਮੈਂ ਕੌਣ ਆ? ਤੂੰ ਹੈ ਕੌਣ? ਮੈਂ ਤਾਂ ਬਿਮਾਰ ਹਾਂ ਯਾਰ, ਆ ਦੇਖ ਲੈ ਡਾਕਟਰ ਨੇ ਦਵਾਈਆਂ ਦਿੱਤੀਆਂ ਨੇ, ਕਹਿੰਦਾ ਦੁਪਹਿਰੇ ਬਾਹਰ ਨਾ ਨਿਕਲਿਆ ਕਰੀ, ਖਾਇਆ ਕਰੀ ਦਵਾਈਆਂ। ਜੇ ਤੂੰ ਬਿਮਾਰ ਆ ਘਰੇ ਬੈਠ, ਡਾਕਟਰ ਕਹੇ ਤੂੰ ਸਾਡੀ ਮੱਝਾਂ ਦੇ ਸੰਗਲ ਚੋਰੀ ਕਰ, ਸੰਗਲ ਦੇ ਸਾਡੇ। ਯਾਰ ਬਾਪੇ ਡਰਾਉਣਾ ਕਿਉਂ ਆ, ਕਿੰਨੇ ਸੰਗਲ ਨੇ ਤੁਹਾਡੇ? ਦੋ ਨੇ। ਦੋ ਸੰਗਲ ਨੇ? ਦਿਲ ਦਰਿਆ ਯਾਰਾਂ ਦਾ ਚਾਰ ਲੈ ਲਈ, ਪਰ ਘਰੇ ਆ ਜੀ। ਹਾਂ ਐਡੀ ਗੱਲ ਵੀ ਨੀ। ਉਸਤਾਦਾ ਇਹਨਾਂ ਨੂੰ ਘਰੇ ਨਾ ਬੁਲਾ, ਇਹਨਾਂ ਨੂੰ ਸਾਰਾ ਕੁਝ ਪਤਾ ਲੱਗ ਜੂ ਫਿਰ ਆਪਣੇ ਬਾਰੇ। ਲੱਗਦਾ ਕੋਈ ਸਕੀਮ ਲਾਉਣੀ ਪੈਣੀ ਆ, ਐ ਨੀ ਗੱਲ ਬਣਦੀ। ਓਏ ਓਏ ਉਹ ਤੇਰੀ, ਉਹ ਲਾਲ ਰੰਗ ਦਾ ਇਹਨਾਂ ਕੌਂਡਾ ਆ ਰਿਹਾ ਪਾਣੀ 'ਚ, ਉਹ ਦੇਖ। ਭੱਜ ਲੈ ਉਸਤਾਦਾ, ਨਹੀਂ ਬਹੁਤ ਪੈਣਗੀਆਂ। ਠੰਡੇ ਠੰਡੇ ਪਾਣੀ ਚ ਨਹਾਣਾ ਚਾਹੀਦਾ, ਭੁੱਖ ਲੱਗੇ ਚਾਹੇ ਨਾ ਖਾਣਾ ਖਾਣਾ ਚਾਹੀਦਾ। ਹੋਏ ਬਾਰਾਂ ਬੰਦਾ ਖੇਤ ਬੀਬੀ ਜੇ ਤੇਰਾ ਬੰਦਾ ਮੈਂ, ਬਾਰਾਂ ਬੰਦਾ ਖੇਤ ਬੀਬੀ ਜੇ ਤੇਰਾ ਬੰਦਾ ਮੈਂ। ਆ ਦੇਖ ਚੌਲ ਖਾਣੀ ਜਾਤ ਕਿਵੇਂ ਚਾਂਬਲੀ ਪਈਆ। ਓ ਭਈਆ ਓ ਉਰਿਆ ਓ ਰਾਮੂ। ਹਾਂਜੀ ਸਰਦਾਰ ਜੀ, ਤੁਸੀਂ ਮੇਰਾ ਨਾਂ ਕਿਵੇਂ ਜਾਣਦੇ? ਓ ਸਾਲਿਆ ਦੋ ਤਾਂ ਤੁਹਾਡੇ ਨਾਂ ਹੁੰਦੇ ਨੇ, ਰਾਮੂ ਜਾਂ ਸ਼ਾਮੂ। ਓ ਉਸਤਾਦ ਜੀ ਤੁਸੀਂ ਟਾਈਮ ਨਾ ਬਰਬਾਦ ਕਰੋ, ਇਹਨਾਂ ਦਾ ਕੁਛ ਨਹੀਂ ਬਣਦਾ, ਮਨੋਰੰਜਨ ਕਰਨ ਦੀ ਗੱਲ ਕਰੋ, ਗਾਣਾ ਗਵਾਓ ਇਤੋਂ। ਇਹ ਤੋਂ ਗਾਣਾ? ਹਾਂ ਸਰਦਾਰ ਜੀ, ਗਾਣਾ ਮੈਨੂੰ ਬਹੁਤ ਆਉਂਦਾ। ਉਹ ਤੈਨੂੰ ਗਾਣਾ ਆਉਂਦਾ? ਆਏ ਹਾਏ ਬਣ ਗਈ ਗੱਲ, ਸੁਣਾ ਦੇ ਫਿਰ। ਲੈ ਸੁਣ। ਪਿੰਡ ਵਿੱਚੋਂ ਆ ਗਈ ਮੈਂ ਸੈਰ ਲੁਧਿਆਣੇ, ਲੋਕਾਂ ਵਾਂਗੂ ਹੋ ਗਈ ਹੁਣੇ ਅਸੀਂ ਵੀ ਸਿਆਣੇ। ਲੈ ਲਿਆ ਮੋਬਾਈਲ, ਲੈ ਲਿਆ ਮੋਬਾਈਲ ਵਿੱਚ ਕਾਰ ਵੀ ਪਾ ਲਿਆ, ਆਟੋ ਉੱਤੇ ਨਾ ਪਈਆ ਰਾਨੀ ਕਾਲੀ ਖਾ ਲਿਆ, ਆਟੋ ਉੱਤੇ ਨਾ ਪਈਆ ਰਾਨੀ ਕਾਲੀ ਖਾ ਲਿਆ। ਚੱਟਾਂ ਦੇ ਆ ਖੇਤਾਂ ਵਿੱਚ ਲਾਉਂਦੀ ਰਹੀ ਚੋਨਾ, ਪਤਾ ਨੀ ਕਿੰਨਾ ਕੁ ਚਿਰ ਕੱਟਾ ਸੀ ਇਹ ਟੋਨਾ। ਧੂਪ ਵਿੱਚ ਪੀਂਡਾ ਹਈ, ਧੂਪ ਵਿੱਚ ਪੀਂਡਾ ਕਾਲਾ ਕਾਲਾ ਕਰੇ ਵਾਲੀਆ, ਆਟੋ ਉੱਤੇ ਨਾ ਪਈਆ ਰਾਨੀ ਕਾਲੀ ਖਾ ਲਿਆ। ਥੈਂਕ ਯੂ ਸਰਦਾਰ ਜੀ। ਪਈਆ ਰਾਨੀ ਕਾਲੀ ਖਾ ਲਿਆ, ਛਾ ਗਿਆ। ਹਾਂ ਸਰਦਾਰ ਜੀ। ਹਾਂ ਤੁਸੀਂ ਵੀ ਕੋਈ ਪੰਜਾਬੀ ਟੋਪ ਗਾਣਾ ਸੁਣਾ। ਪੰਜਾਬੀ ਟੋਪ ਗਾਣਾ? ਹਾਂਜੀ ਸੁਣਾਵਾਂ, ਲੈ ਸੁਣੋ। ਦੇਖ ਦੇਖ ਬੈਰੀਆਂ ਦੇ ਮੱਚ ਦੇ ਘੜੇ ਜੇ, ਬਾਬੇ ਮਾਂ ਦੀ ਸੌਂਹ ਜਿੱਥੋਂ ਵੀ ਲੰਘੀ ਦਾ ਨਾ ਸਲਾਮਾਂ ਹੁੰਦੀਆਂ ਨੇ। ਸਰਦਾਰ ਜੀ, ਸਰਦਾਰ ਜੀ, ਆ ਤੁਹਾਡਾ ਗਾਣਾ ਸੁਣ ਕੇ ਪੀਂਡ ਵਾਲੀ ਕਿਵੇਂ ਇਕੱਠਾ ਹੋਈ ਜਾਂਦੀ ਆ? ਹੈਂ ਬਾਬੇ, ਮੈਂ ਤਾਂ ਇਹੋ ਜਿਹਾ ਕੋਈ ਕਾਂਡ ਵੀ ਨਹੀਂ ਕਰਿਆ, ਇਹ ਕਿਵੇਂ ਇਕੱਠੇ ਹੋ ਕੇ ਆ ਗਏ? ਉਹ ਉਸਤਾਦਾ ਮੈਨੂੰ ਐਂ ਲੱਗਦਾ ਤੇਰੇ ਫੈਨ ਨੇ, ਤੇਰੇ ਗਾਣੇ ਦੇ ਫੈਨ, ਜਿਵੇਂ ਟੀਵੀ ਐਕਟਰਾਂ ਦੇ ਹੁੰਦੇ ਨੇ, ਤੇਰਾ ਆਟੋਗ੍ਰਾਫ ਲੈਣ ਆਏ ਨੇ। ਹੈਪੀ ਬਦਮਾਸ਼ ਤੂੰ ਐ? ਹੈਪੀ ਬਦਮਾਸ਼ ਮੈਂ ਹੀ ਆ, ਹੋਰ ਇਮਰਾਨ ਹਾਸ਼ਮੀ ਆ। ਦੇਖਿਆ ਇੰਨੇ ਫੈਨ ਨੇ ਤੇਰੇ ਬਾਈ ਦੇ, ਤੇਰੇ ਬਾਈ ਦੀ ਫੁੱਲ ਚੜਾਈ ਆ। ਐਤਕੀ ਜੇ ਕਿਤੇ ਮੈਂ ਵੋਟਾਂ 'ਚ ਖੜਾ ਹੋ ਜਾਂਦਾ ਨਾ, ਭਗਵੰਤ ਮਾਨ ਤੋਂ ਵੱਧ ਵੋਟਾਂ ਦੇ ਜਿੱਤਣਾ ਸੀ। ਸਾਡਾ ਨੇਤਾ ਅਮਰ ਰਹੇ। ਛਾਲ ਲੈ ਤੈਨੂੰ ਸੰਗਲ ਚੋਰ ਹੈ ਤੂੰ। ਮੈਨੂੰ ਸੰਗਲ ਚੋਰ ਕਿਹਾ? ਉਹ ਬਾਹਰ ਆ, ਤੁਸੀਂ ਅੰਦਰ ਆ ਜਾਓ। ਉਹ ਤੂੰ ਬਾਹਰ ਆ, ਉਹ ਤੁਸੀਂ ਅੰਦਰ ਆ ਜਾਓ। ਬਾਹਰ ਆ, ਬੜੀ ਬੜੀ।
ਉਹ ਜਾਂਦੇ ਨੇ ਭੱਜੇ, ਮੱਝਾਂ ਦਾ ਛੱਡ ਕੱਟੀਆਂ ਨੇ ਸ਼ੰਗਲ ਵੀ ਨਹੀਂ ਛੱਡੇ। ਕੋਈ ਨਾ ਗੁਰਮੀਤ ਬਾਈ, ਚੱਲ ਸਾਰਿਆਂ ਨੂੰ ਫਿਰ ਦੇਖ ਲਾਂਗੇ, ਚਲੋ ਚੱਲੀਏ। ਬਸ ਹੁਣ ਤਾਂ ਪਹੁੰਚਣ ਵਾਲਿਆ ਜੱਸੀ ਬਾਈ ਕੋਲੇ, ਫੇਰ ਦੇਖੀ ਪੈਂਦੇ ਪੜਾਕੇ ਆਏ ਅਸੀਂ ਉਈ ਨੀ ਹੈਗੇ। ਉਹ ਤੇਰੀ ਰੱਖ ਦੇ ਦੀ ਕੁਛ ਲੱਗਦੇ ਆ, ਆਪਦੀ ਮਾਂ ਦੇ ਬ੍ਰੇਕ ਦੇਖ ਕੇ ਮਾਰ ਲਾ, ਗਾਹਾਂ ਕੀ ਟ੍ਰੇਨ ਆਉਂਦੀ ਹੈ। ਇਹਦੇ ਬਾਈ ਦੋ ਤਿੰਨ ਮਾਰਤਾ ਹੁਣ ਚ, ਹੈ ਇਹਨੂੰ ਮੱਤ ਫੇਰ ਆਊਗੀ। ਕਰਦਾ ਕੀ ਹੈ ਉਹ ਮੱਤ ਦੇ ਲੱਗਦੇ ਹੋ, ਉਧਰ ਵੇਖ ਉਧਰ ਮਾਮੇ ਬੈਠੇ ਨੇ ਮਾਮੇ। ਉਹ ਤੇਰੀ ਉਹ ਬਾਹ ਹੋਏ ਰੰਗੇ ਬਾਈ, ਅੱਜ ਪਹਿਲੀ ਵਾਰ ਤੈ ਕੰਮ ਦੀ ਗੱਲ ਕਰੀ ਹੈ। ਐ ਕਰ, ਜੇ ਕਿਤੇ ਆਪਾਂ ਇਹਨਾਂ ਦੇ ਹੱਥੀ ਚੜ ਗਏ ਨਾ, ਆਪਣੀਆਂ ਪਿਛਲੀਆਂ ਚੋਰੀਆਂ ਵੀ ਮਨਾ ਲੈਣਗੇ। ਐ ਕਰੋ ਮੁੰਡਿਓ, ਗੱਡੀ ਮੋੜੋ, ਇਹਨਾਂ ਦੇ ਹੱਥੇ ਨਹੀਂ ਚੜਨਾ ਆਪਾਂ। ਰੰਗੇ ਬਾਈ ਗੱਡੀ ਮੋੜੋ, ਚਲੋ ਚਲੋ ਲਾਉ ਧੱਕਾ। ਉਹ ਕਰ ਲਾ ਸਟਾਰਟ ਇਹਨੂੰ। ਉਹ ਉਸਤਾਦ, ਇਹ ਤਾਂ ਕਰੰਟ ਨਹੀਂ ਫੜ ਰਹੀ, ਇਹਨੂੰ ਤਾਂ ਧੱਕਾ ਮਾਰਨਾ ਪਊ ਧੱਕਾ। ਹਾਏ ਓ ਰੱਬਾ, ਉਹ ਕਿੰਨੀ ਵਾਰੀ ਛਿੱਤਰ ਖਾਧਿਆ ਮੈਂ ਤੇਰੇ ਕਰਕੇ। ਕਰਦਾ ਕੀ ਆਗਾ, ਉਹ ਆ ਫੋਨ ਕਿਹਦਾ ਆ ਗਿਆ। ਹਾਏ ਓ ਰੱਬਾ, ਹੁਣ ਜੱਸੀ ਨੂੰ ਕੀ ਜਵਾਬ ਦਈਏ। ਯਾਰ ਮੈਂ ਨੀ ਕਹਿੰਦਾ, ਤੂੰ ਕਹਿ ਦੇ ਵੀ ਐਕਸੀਡੈਂਟ ਹੋ ਗਿਆ। ਹੈਲੋ, ਹਾਂ ਬਾਈ ਜੱਸੀ, ਉਸਤਾਦ ਜੀ ਤਾਂ ਗੱਡੀ ਚੜ ਕੇ ਅਸੀਂ ਵੀ ਚੜਾਈ ਕਰਨ ਲੱਗਿਆ ਗਏ, ਨਾ ਨਾ ਅਸੀਂ ਨੀ ਆ ਸਕਦੇ। ਕਰਦਾ ਕੀ ਆ, ਚਲੋ ਧੱਕਾ ਲਾਓ, ਜੇ ਮਾਮਿਆਂ ਨੇ ਫੜ ਲਿਆ ਦੇਣੇ ਦੇ ਲੈਣੇ ਪੈ ਜਾਣਗੇ ਜਦੋਂ। ਭੱਜ ਲੋ ਭੱਜ ਲੋ।